ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆ ਪੰਜ ਵੇਖੀ ਨਵੀਂ ਛੋਲਿਆਂ ਦੀ ਚਾਟ ਬਣਾਵਾਂਗੇ। ਤੇ ਆ ਛੋਲੇ ਆਪਾਂ ਕੁੱਕਰ ਚ ਵਾਲ ਲਏ, ਤੇ ਨਹੀਂ ਤਾਂ ਛੇਤੀ ਉਬਲੇ ਉਬਲਣੇ ਨਹੀਂ ਸੀਗੇ ਜੇ ਚੁੱਲ੍ਹੇ ਤੇ ਵਾਲਦੇ ਤਾਂ। ਇਹਨਾਂ ਨੂੰ ਹੁਣ ਆਪਾਂ ਛਾਣ ਲਾਂਗੇ। ਲਓ ਛੋਲੇ ਆਪਾਂ ਛਾਣ ਲਏ, ਛਾਣ ਕੇ ਕੱਢ ਕੇ ਕੌਲੇ ਚ ਕੱਢ ਲਏ। ਇਹਨਾਂ ਨੂੰ ਹੁਣ ਆਪਾਂ ਰੱਖ ਦਿੰਨੇ ਢੱਕ ਕੇ, ਤੇ ਫਿਰ ਬਾਕੀ ਦਾ ਸਮਾਨ ਆਪਾਂ ਹੁਣ ਤਿਆਰ ਕਰਾਂਗੇ। ਆ ਮਸਾਲੇ, ਲੂਣ ਮਿਰਚ ਸਾਰਾ ਕੁਛ। ਆ ਮਸਾਲਾ ਗਰਮ ਮਸਾਲਾ, ਲੂਣ ਹੈ, ਦੇਗੀ ਮਿਰਚ ਹੈ, ਤੇ ਆਹ ਦੂਜੀ ਮਿਰਚ ਹੈ। ਤੇ ਆਪਾਂ ਇਹਨੂੰ ਪਹਿਲਾਂ ਘੋਲ ਲਾਂਗੇ ਥੋੜਾ ਜਿਹਾ। ਇਹਦੇ ਵਿੱਚ ਆਪਾਂ ਛੋਲਿਆਂ ਵਾਲਾ ਪਾਣੀ ਪਾਵਾਂਗੇ ਜਿਹ 'ਚ ਛੋਲੇ ਵਾਲੇ। ਚੰਗੀ ਤਰ੍ਹਾਂ ਘੋਲ ਲਾਂਗੇ ਇਹਨੂੰ। ਇੱਕ ਆਪਾਂ ਦਹੀਂ ਦਾ ਚਮਚਾ ਪਾਵਾਂਗੇ। ਇਹਦੇ ਨਾਲ ਬਹੁਤ ਵਧੀਆ ਬਣੂਗੀ, ਚਟਪਟੀ ਬਣੂਗੀ। ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਹੀ ਧਰਾਂਗੇ। ਹੁਣ ਆਪਾਂ ਥੋੜਾ ਜਿਹਾ ਰਿਫਾਇੰਡ ਪਾਵਾਂਗੇ। ਲੈ ਲੈ, ਰਿਫਾਇੰਡ ਗਰਮ ਹੋ ਗਿਆ। ਹੁਣ ਆਪਾਂ ਜੀਰਾ ਪਾਵਾਂਗੇ। ਥੋੜਾ ਜਿਹਾ ਅਦਰਕ ਕੁੱਟ ਕੇ ਰੱਖਿਆ ਹੋਇਆ, ਆਪਾਂ ਹੁਣ ਇਹ ਪਾਵਾਂਗੇ। ਹੁਣ ਆਪਾਂ ਇੰਨੀ ਕੁ ਹਿੰਗ ਪਾਵਾਂਗੇ। ਹੁਣ ਆਪਾਂ ਲੂਣ ਮਿਰਚ ਘੋਲਿਆ ਹੋਇਆ ਇਹ ਪਾਵਾਂਗੇ, ਦਹੀਂ ਲੂਣ ਮਿਰਚ। ਛੋਲੇ ਆਪਣੇ ਬਣੀ ਜਾਂਦੇ ਆ, ਤੇ ਹੁਣ ਆਪਾਂ ਗੰਢਾ, ਹਰੀ ਮਿਰਚ ਆਪਾਂ ਚੀਰ ਲੈਨੇ ਆ।
ਬਰੀਕ ਬਰੀਕ ਅੰਡਾ ਚੀਰਾਂਗੇ ਆਪਾਂ। ਹੁਣ ਆਪਾਂ ਖੀਰਾ ਚੀਰਾਂਗੇ। ਬਸ ਆਪਾਂ ਅੱਧਾ ਕੁ ਖੀਰਾ ਪਾਵਾਂਗੇ, ਅੱਧਾ ਖੀਰਾ ਚੀਰ ਲਿਆ ਆਪਾਂ, ਨਾਲੇ ਆਪਾਂ ਟਮਾਟਰ ਚੀਰ ਲਾਂਗੇ, ਅੱਧਾ ਹੀ ਟਮਾਟਰ ਪਾਵਾਂਗੇ ਆਪਾਂ। ਲਓ ਆਪਣੇ ਛੋਲੇ ਬਣ ਗਏ, ਆਪਾਂ ਹੁਣ ਲਾਵਾਂਗੇ ਇਹਨਾਂ ਨੂੰ। ਬਹੁਤ ਵਧੀਆ ਮਸਾਲਾ ਚੜਿਆ ਛੋਲਿਆਂ ਨੂੰ। ਹੁਣ ਆਪਾਂ ਜਮੈਣ ਪਾਵਾਂਗੇ ਥੋੜੀ ਜਿਹੀ, ਵਿੱਚ ਗੰਢਾ ਟਮਾਟਰ ਖੀਰਾ ਤੇ ਗੰਢਾ ਪਾਉਣੇ ਆ, ਵਿੱਚ ਟਮਾਟਰ ਪਾਵਾਂਗੇ। ਲਓ ਆਪਾਂ ਸਾਰਾ ਕੁਛ ਰਲਾ ਲਿਆ ਤੇ ਹੁਣ ਆਪਾਂ ਇਹਨੂੰ ਭਾਂਡੇ ਚ ਕੱਢ ਲਾਂਗੇ। ਹੁਣ ਆਪਾਂ ਚਾਟ ਮਸਾਲਾ ਪਾਵਾਂਗੇ। ਉੱਤੇ ਆਪਾਂ ਨਿੰਬੂ ਨਿਚੋੜਾਂਗੇ। ਬਹੁਤ ਬਹੁਤ ਵਧੀਆ ਬਣ ਗਈ ਚਾਟ ਆਪਣੀ ਚਟਪਟੀ। ਦੇਖੋ ਕਿੱਡੀ ਵਧੀਆ ਬਣੀ ਹੈਗੀ, ਬਹੁਤ ਵਧੀਆ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।